ਪੇਂਡੂ ਮ੍ਰਿਤਕ ਨੌਜਵਾਨ ਸੁਹੇਲ ਦੇ ਮਕਾਨ ਦੇ ਬਾਹਰ ਇਕੱਠੇ ਹੋਏ ਅਤੇ ਖੇਤਰ ਵਿੱਚੋਂ ਫੌਜ ਦੇ ਕੈਂਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਖਾਵਾ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਵਧੇਰੇ ਇਲਾਕਿਆਂ ਵਿੱਚ ਦੂਜੇ ਦਿਨ ਵੀ ਬੰਦ ਰਿਹਾ। ਕਈ ਥਾਈਂ ਫੌਜ ਦੀਆਂ ਮੋਟਰ ਗੱਡੀਆਂ ਤੇ ਲੋਕਾਂ ਨੇ ਪਥਰਾਅ ਕੀਤਾ। ਇਸ ਪਥਰਾਅ ਕਾਰਨ ਜਵਾਨਾਂ ਸਮੇਤ 10 ਵਿਅਕਤੀ ਜ਼ਖਮੀ ਹੋ ਗਏ ਨੇ। ਵਾਦੀ ਵਿੱਚ ਸੁਰੱਖਿਆ ਕਾਰਨਾਂ ਕਰਕੇ ਦੂਜੇ ਦਿਨ ਵੀ ਰੇਲ ਸੇਵਾ ਮੁਲਤਵੀ ਰਹੀ ਹੈ। ਵਾਦੀ ਦੇ ਸਬ ਸਕੂਲ ਤੇ ਕਾਲਜ ਅੱਜ ਵੀ ਬੰਦ ਰਹੇ ਨੇ ਅਤੇ ਵੱਖ-ਵੱਖ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ।